ਪੀਐਸ ਸੈਟ 2023 12 ਮਾਰਚ 2023 ਉਹ ਇੱਕ ਤਾਰੀਖ ਜਿਸ ਤਾਰੀਖ ਤੋਂ ਇਹ ਬਣਿਆ ਹੋਇਆ ਹੈ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਲਗਾਤਾਰ ਇਸ ਦੇ ਲਈ ਕੁਐਸਚਨਿੰਗ ਹੋ ਰਹੀ ਹੈ ਅਲੱਗ-ਅਲੱਗ ਜਗ੍ਹਾਵਾਂ ਤੋਂ ਸਟੂਡੈਂਟ ਟੀਚਰਸ ਤੋਂ ਟੀਚਰ ਸਟੂਡੈਂਟਸ ਤੋਂ ਡਿਪਾਰਟਮੈਂਟ ਵਾਲਿਆਂ ਤੋਂ ਰਾਈਟ ਸਰਕਾਰਾਂ ਤੋਂ ਇਹ ਕੁਐਸਚਨਿੰਗ ਲਗਾਤਾਰ ਜਾਰੀ ਹੈ ਐਂਡ ਰੁਕੰਦਾ ਨਾਮ ਨਹੀਂ ਲੈ ਰਹੀ ਹੈ स्टूडेंट्स दी लगातार जड़ी हैगी है ये है। आवाज उठ रही थी इस सर एस पॉइंट पे ਤੁਸੀਂ ਇੱਕ ਵੀਡੀਓ ਬਣਾ ਕੇ ਅ ਜਿਹੜਾ ਹੈਗਾ ਇਸ ਮੁੱਦੇ ਤੇ ਗੱਲਬਾਤ ਕਰੋ ਜ਼ਰੂਰ ਤੁਹੋ ਸੋ ਗਾਈਸ ਅਮੂਮਨ ਮੈਂ ਐਦਾ ਦੀ ਵੀਡੀਓਜ਼ ਬਣਾਉਂਦਾ ਨਹੀਂ ਹਾਂ ਬਟ ਇਹ ਵੀਡੀਓ ਸਟੂਡੈਂਟਸ ਦੀ ਰਿਕਵੈਸਟ ਤੇ ਹੈ ਅਗਰ ਮੈਂ ਗੱਲ ਕਰਾਂ ਜ਼ਰਾ ਪਹਿਲੀ ਗੱਲ ਤੁਸੀਂ ਜਾਣਦੇ ਹੋ ਇਹ ਅਕੈਡਮੀ ਟੈਡ ਬਜ਼ਾਰ ਅਕੈਡਮੀ ਅਬੋਹਰ ਪੰਜਾਬ ਤੋਂ ਇਸ ਟਾਈਮ ਮੈਂ ਲਾਈਵ ਹਾਂ ਮੈਂ ਅਨਮੋਲ ਅਰੋੜਾ ਕਿਉਂਕਿ ਪਿਛਲੇ 4 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਟੀਚ ਕਰ ਰਿਹਾ ਹਾਂ ਪੀਐਸੈਟ ਦੇ ਵਿੱਚ ਸਭ ਤੋਂ ਜਿਹੜਾ ਹੈਗਾ ਇੱਕ مین ਰੋਲ ਜਿਹੜਾ ਰਿਹਾ ਹੈ ਇਸ ਵਾਰ ਜੋ ਇੱਕ ਸਭ ਤੋਂ ਵੱਡੀ ਪ੍ਰੋਬਲਮ ਰਹੀ ਸਟੂਡੈਂਟਸ ਦੇ ਲਈ ਉਹਨਾਂ ਤੇ ਡਿਸਕਸ਼ਨ ਕਰਨ ਦੇ ਲਈ ਯਾ ਅੱਗੇ ਉਹਨਾਂ ਦੇ ਲਈ ਕੀ ਸੋਲੂਸ਼ਨ ਹੋ ਸਕਦਾ ਹੈ ਕਿਵੇਂ ਜਿਹੜਾ ਹੈਗਾ ਹੈ ਐਸ ਸਭ ਮੁੰਡਿਆਂ ਨੂੰ ਤੁਸੀਂ ਅੱਗੇ ਲੈ ਕੇ ਜਾ ਸਕਦੇ ਹੋ ਜਿੱਥੇ ਸਟੂਡੈਂਟਸ ਦੇ ਡਾਊਟਸ ਬਣੇ ਹੋਏ ਆ ਉਹਨਾਂ ਸਭ ਚੀਜ਼ਾਂ ਤੇ ਡਿਸਕਸ਼ਨ ਕਰਨ ਦੇ ਲਈ ਆਪਾਂ ਹਾਜ਼ਰ ਹਾਂ ਕੋਈ ਵੀਡੀਓ ਨੂੰ ਲਾਸਟ ਤੱਕ ਤੁਸੀਂ ਵੀ ਦੇਖਣਾ ਹੈ ਸਭ ਨੇ ਦੇਖਣਾ ਹੈ ਐਂਡ ਲਾਸਟ ਤੱਕ ਇੱਕ ਇੱਕ ਪੁਆਇੰਟ ਜਿਹੜਾ ਹੈਗਾ ਅਗਰ ਤੁਸੀਂ ਸੁਣਦੇ ਹੋ ਤਾਂ ਤੁਸੀਂ ਮੇਰਾ ਸਾਥ ਦੇ ਸਕਦੇ ਹੋ ਮੈਂ ਤੁਹਾਡਾ ਸਾਥ ਵੀ ਇੱਥੇ ਦੇ ਸਕਦਾ ਹਾਂ ਅਗਰ ਮੈਂ ਗੱਲ ਕਰਾਂ ਪੀਐਸ ਸੈਟ ਕਿ ਅਗੇਨ ਸਬਲੀ ਹੋਣ ਜਾ ਰਿਹਾ ਹੈ ਇਹ ਦੁਬਾਰਾ ਤੋਂ ਲਿਆ ਜਾਣ ਵਾਲਾ ਹੈ ਤੇ ਸਬਲੀ ਲਿਆ ਜਾਣ ਵਾਲਾ ਹੈ देखो गाइस आज दी तारीख 17 मार्च 2023 नु मैं बना रिया ए वीडियो फिलहाल दे लिए देखन नु मिल रिया है आसार है आ, बट शायद वर्ड मैं नाल लगाऊंगा कि ये सारेयां ਲਈ ही लिया जा रिया है राइट एंड की स्टेटस लेना सप्लाई ले सही है या नहीं है ए सच पाया गया मैक्सिमम ए देखा गया जो हाल ही तक दी फीडबैक मिली है कि एक जो बड़े लेवल ते प्रॉब्लम होई ओ पेपर 2 दे विच होई ਬਟ ਪੇਪਰ 2 ਦੇ ਵਿੱਚ ਜਾਂ ਤਾਂ ਇਹਨਾਂ ਨੂੰ ਪਤਾ ਚਲ ਚੁੱਕਿਆ ਸੀ ਕਿ ਇੱਦਾਂ ਦੀ ਪ੍ਰੋਬਲਮਸ ਹੈਗੀਆਂ ਹੈ ਇਹ ਨਹੀਂ ਕਿ ਪੇਪਰ 1 ਦੇ ਅੰਡਰ ਪ੍ਰੋਬਲਮ ਨਹੀਂ ਸੀ ਕੁਝ ਮਿਸ ਪ੍ਰਿੰਟਿੰਗ ਇੱਕ ਵੱਡਾ ਇਸ਼ੂ ਬਣਿਆ ਗਾਇਸ ਮਿਸ ਪ੍ਰਿੰਟਿੰਗ ਦਾ ਤਾਂ ਇੱਕ ਵੱਡਾ ਵਿਵਾਦ ਰਿਹਾ ਜੋ ਸਟੂਡੈਂਟਸ ਦੱਸ ਰਹੇ ਸੀ ਸ਼ਾਇਦ ਸੈੱਟ ਨੰਬਰ B ਸਟੂਡੈਂਟਸ ਦੱਸ ਰਹੇ ਹੈ ਤਾਂ ਉਹਨਾਂ ਦੀ ਤਰਫ ਤੋਂ ਜੋ ਪਤਾ ਚਲ ਪਾਇਆ ਹੈ ਉਹੀ ਮੈਂ ਫੀਡਬੈਕ ਤੁਹਾੜਾ ਨਾਲ ਦੱਸ ਰਿਹਾ ਬਾਕੀ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਲਾਸਟ ਤੱਕ ਜੁੜੇ ਰਹਿਣਾ ਇਸ ਵੀਡੀਓ ਤੇ ਤਾਂ ਉਹ ਇੱਕ ਪੁਆਇੰਟ ਰਿਹਾ ਰਾਈਟ ਵੀਡੀਓ ਜ਼ਰੂਰ ਥੋੜੀ ਲੰਬਾ ਜਾ ਸਕਦੀ ਹੈ ਦਾ ਫਿਲਹਾਲ ਦੇ ਲਈ ਇਹੀ ਹੈ ਕਿ ਪੀਐਸਟੈਟ ਸ਼ਾਇਦ ਸਬਲੈ ਹੀ ਹੋਣ ਜਾ ਰਿਹਾ ਹੈ ਬਟ ਜੋ ਕਲੈਰਿਟੀ ਆਏਗੀ ਗਾਇਸ ਪਲੀਜ਼ ਉਸਦੇ ਲਈ ਔਥੈਂਟਿਕ ਕੀ ਵੇਟ ਕੀਤਾ ਜਾਏ ਔਥੈਂਟਿਕ ਨੋਟੀਫਿਕੇਸ਼ਨ ਦੇ ਲਈ ਔਥੈਂਟਿਕ ਨਿਊਜ਼ ਦੇ ਲਈ ਐਸ ਦੇ ਪਿੱਛੇ ਕੁਝ ਖਾਸ ਰੀਜਨਸ ਰਹੇ ਉਹ ਇੱਕ ਸੀ ਕਿ ਡਿਲੇਡ ਰੋਲ ਨੰਬਰਸ ਗਾਇਸ ਉਸ ਦਿਨ ਤੋਂ ਹੀ ਅਲਰਟ ਮਿਲਨੇ ਸ਼ੁਰੂ ਹੋ ਗਏ ਸੀ ਜਿਸ ਦਿਨ ਤੋਂ ਰੋਲ ਨੰਬਰ ਲੇਟ ਸੀਗੇ ਤਾਂ ਡਿਪਾਰਟਮੈਂਟ ਨੂੰ ਐਸ ਸਾਈਡ ਤੋਂ ਆਪਣੇ ਹੱਥ ਪਹਿਲਾਂ ਹੀ ਖਿੱਚ ਲੈਣੇ ਚਾਹੀਦੇ ਸੀ ਪਿੱਛੇ ਫਿਰ ਕੀ ਹੋ ਗਿਆ ਕਿ ਪੇਪਰ ਪਹਿਲੀ ਵਾਰ ਲਈ ਥੋੜੀ ਐਕਸਟੈਂਡ ਹੋ ਰਿਹਾ ਸੀਗਾ पास कई बार ऐदा हो चुका है कि पेपर कई बार एक्सटेंड हो चुका है तो डिपार्टमेंट इस जिम्मेवार रहा मिस प्रिंटिंग सिर्फ तो सिर्फ ऐसे रीजन करके सी क्योंकि टाइम नहीं सी, टाइम दोर्टेज करके बट अगर लंबा देख के चलीए तो एक वीडी गल उ सामने आती है कि टाइम ਤਾਂ ਮਤਲਬ ਪੀਐਸ ਟੈਟ ਹੋਣ ਦੇ ਲਈ ਬਹੁਤ ਲੰਬੇ ਟਾਈਮ ਤੋਂ ਇਸ ਤੇਰੀ ਗੱਲਬਾਤ ਹੋ ਚੁੱਕੀ ਸੀ ਤਾਂ ਉਦੋਂ ਆ ਦੇਖੀਓ ਤਾਂ ਟਾਈਮ ਕਾਫੀ ਹੈ ਬਟ ਜਿਹੜਾ ਆ ਪਿਛਲੇ ਦਿਨਾਂ ਵਿੱਚ ਅਨਾਉਂਸ ਹੋਇਆ ਤਾਂ 20 ਦਿਨ ਤੋਂ ਵੀ ਲਗਭਗ ਜਾ ਘੱਟਦਾ ਸਮਾਂ ਤੁਸੀਂ ਕਹਿ ਸਕਦੇ ਹੋ ਕਿਉਂਕਿ ਅਗਲੇ ਦਿਨ ਤਾਂ ਪੇਪਰ ਕੰਡਕਟ ਹੋਣਾ ਹੀ ਹੈ ਤਾਂ ਇੱਕ ਪ੍ਰੋਬਲਮ ਮਿਸ ਪ੍ਰਿੰਟਿੰਗ ਵਾਲੀ ਰਹੀ ਬਟ ਇਹ ਬਹੁਤ ਵੱਡੀ ਪ੍ਰੋਬਲਮ ਰਹੀ ਬਹੁਤ ਸਾਰੇ ਸਟੂਡੈਂਟਸ ਨੂੰ ਫੇਸ ਕਰਨੇ ਪੀ ਇਸ਼ੂਸ ਐਂਡ ਗਾਇਜ਼ ਜਿਹੜਾ ਤੁਹਾਡੇ ਨਾਲ ਹੋਇਆ ਕੁਝ ਤੁਹਾਡੇ ਨਾਲ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਉਸ ਦਾ ਆਨਸਰ ਕਮੈਂਟ ਬਾਕਸ ਵਿੱਚ ਤੁਸੀਂ ਮੈਨੂੰ ਜ਼ਰੂਰ ਤੋਂ ਦੇਣਾ ਹੈ ਤੁਹਾਡਾ ਐਕਸਪੀਰੀਅੰਸ ਮੈਨੂੰ ਜ਼ਰੂਰ ਤੋਂ ਤੁਸੀਂ ਸ਼ੇਅਰ ਕਰਨਾ ਹੈ ਤਾਂ ਕਿ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ ਵਿੱਚ ਜਿਸ ਤੱਕ ਵੀ ਵੀਡੀਓ ਪਹੁੰਚਦੀ ਹੈ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਪਹੁੰਚਾਉਣਾ ਤੁਹਾਡਾ ਫਰਜ਼ ਹੈ ਤੁਹਾਡੇ ਕਹਿਣ ਤੇ ਮੈਂ ਬਣਾ ਰਿਹਾ ਹਾਂ ਬਟ ਇਸ ਵੀਡੀਓ ਨੂੰ ਹਰ ਇੱਕ ਸਟੂਡੈਂਟ ਤੱਕ ਅਗਰ ਜਿਹੜਾ ਹੈਗਾ 1 ਲੱਖ ਤੋਂ ਵੀ ਜ਼ਿਆਦਾ ਸੂਰੇ ਨੇ ਪੇਪਰ ਦਿੱਤਾ ਤਾਂ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਵੀ ਜਿਹੜੀਆਂ ਕੁਝ ਕਾਮਨ ਪ੍ਰੋਬਲਮਸ ਆਈਆਂ ਤਾਂ ਉਹ ਇਸ ਵੀਡੀਓ ਦੇ نیچے ਕਮੈਂਟ ਬਾਕਸ ਵਿੱਚ ਡਿਸਕਸ ਹੋਣੀਆਂ ਚਾਹੀਦੀਆਂ ਤੇ ਇਹ ਅੱਗੇ ਜਿਹੜਾ ਹੈਗਾ ਜੀਐਨਡੀਯੂ ਤੱਕ ਜਾਂ ਉਸ ਤੋਂ ਅੱ या अगे दे चीज़ हर एक चीज़ अगे तक जानी चाहिए है स्टूडेंट तक जानी चाहती है अगर मैं गल करा जरा कि पेपर एक सब तो वो प्रॉब्लम यह भी हुई सब के पिछे टाइम है सब के पिछे टाइम है पेपर सही तरह डिस्ट्रीब्यूट नहीं हो पाया एक जगह पर जरा केस सामने आया जिस लिए एग्जैक्टली एक, एक न्यूज़ पेपर की कटिंग भी मैं अगर लग हुई है तो दो सौ चाली स्टूडेंट फिरोजपुर शायद वो जगह जितने मैथ सैंस वाले स्टूडेंट्स का सेंटर से जो गया उन्होंने आके सारा मुद्दा सामने रखा ਤਾਂ ਉਹਨਾਂ ਨੂੰ SSC ਦੇ ਪੇਪਰਸ ਉੱਥੇ ਪਹੁੰਚਾ ਦਿੱਤੇ ਗਏ ਡਿਪਾਰਟਮੈਂਟ ਦੁਆਰਾ ਕਈ ਸੈਂਟਰਸ ਤੇ ਇਹ ਵੀ ਦੇਖਿਆ ਗਿਆ ਕਿ ਜਸਟ ਜਿਹੜਾ ਸੈੱਟ ਉਹਨਾਂ ਕੋਲ ਪੇਪਰ ਦੇ ਪਾਰਟ A ਲਈ ਸੀ ਲਾਈਕ ਕਿ ਪ੍ਰੋਬਲਮ ਆਈ ਪੇਪਰ 2 ਵਾਲਿਆਂ ਨੂੰ ਕਿਵੇਂ ਹੋਇਆ ਕਿ 90 ਨੰਬਰ ਦਾ ਕਾਮਨ ਸੀਗਾ ਹੁਣ ਆ ਸੀਗਾ ਇਹ ਚੇਂਜ ਆਮ ਦੇਖਣ ਨੂੰ ਮਿਲਦਾ ਹੈ ESC TET ਵਿੱਚ ਜਿਹੜਾ ਹੈਗਾ ਆਮ ਚੇਂਜ ਦੇਖਣ ਨੂੰ ਮਿਲਦੇ ਹੈ ਮਤਲਬ ESC TET ਦਾ ਵੀ ਇੱਕ ਖਾਸ ਉੱਥੇ ਇੱਕ ਪੁਆਇੰਟ ਹੈ ਰਾਜਸਥਾਨ ਵਿੱਚ ਵੀ ਸ਼ਾਇਦ ਇਹਦਾ ਤਾਂ ਕੁਝ ਨਾ ਕੁਝ ਕਾਫੀ ਸਾਰੀ ਸਟੇਟਸ ਵਿੱਚ ਤਾਂ ਨਹੀਂ ਦੇਖਣ ਨੂੰ ਮਿਲਦੇ ਹੈ। ਰਾਜਸਥਾਨ ਵਿੱਚ ਪਹਿਲਾਂ ਤਾਂ ਮੈਨੂੰ ਯਾਦ ਇੱਕ ਮੋਟਾ ਸਾਰਾ ਪੇਪਰ ਆ ਜਾਂਦਾ ਸੀ ਬੰਡਲ ਟਾਈਪ ਆ ਜਾਂਦਾ ਸੀਗਾ। ਰਾਈਟ ਤਾਂ ਇਹ ਮਤਲਬ ਪੂਰਾ ਧਿਆਨ ਨਾਲ ਟੀਚਰਸ ਨੂੰ ਟ੍ਰੇਨਿੰਗ ਦੇਣ ਦੀ ਲੋੜ ਸੀ। ਉਸ ਤੋਂ ਵੀ ਪਹਿਲਾਂ ਜੇ ਪੇਪਰ ਹੀ ਨਹੀਂ ਪਹੁੰਚੇ ਤਾਂ ਗਾਇਸ ਜਿਨ੍ਹਾਂ ਨੇ ਡਿਸਟ੍ਰੀਬਿਊਟ ਕਰਨੇ ਸੀ ਪ੍ਰੋਬਲਮ ਕੋਈ ਇੱਕ ਐਂਡ ਤੋਂ ਨਹੀਂ ਆਈ। ਪ੍ਰੋਬਲਮ ਕਈ ਸਾਰੇ ਐਂਡਸ ਤੋਂ ਆਈ ਐਂਡ ਅਸੀਂ ਖੁਦ ਸਮਝ ਸਕਦੇ ਹਾਂ ਪ੍ਰੋਬਲਮਸ ਆ ਨਾ ਲਾਜ਼ਮੀ ਹੈ। ਠੀਕ ਹੈ ਐਨੇ ਘੱਟ ਸਮੇਂ ਦੇ ਵਿੱਚ ਪ੍ਰੋਬਲਮਸ ਆ ਨਾ ਲਾਜ਼ਮੀ ਹੈ। ਬ ਇੰਨਾ ਸ਼ਾਰਟ ਪੀਰੀਅਡ ਸੀ IITU 994 ਦਾ ਉਸੇ ਪੇਪਰ ਦੇਖੋਗੇ ਹਾਲਾਂਕਿ ਉਹ ਇੰਨਾ ਲੰਬਾ ਟਾਈਮ ਹੋਣ ਤੋਂ ਬਾਅਦ ਵੀ ਕੁਛ ਨਾ ਕੁਛ 에ਰਰ ਜ਼ੋਨ ਦੇ ਵਿੱਚ ਸੀਗੇ ਬਟ ਫਿਰ ਵੀ ਕਾਫੀ ਵਧੀਆ ਕੰਡਕਟ ਹੋਇਆ ਉਸ ਨੂੰ ਦੇਖ ਕੇ ਜਿਹੜਾ ਹੈਗਾ ਕਈ ਸਾਰੀ ਪ੍ਰੋਬਲਮਸ ਉੱਥੇ ਵੀ ਸੀ ਸੁਰਨ ਨੂੰ ਬਾਹਰ ਨਹੀਂ ਆਂ ਦਿੱਤਾ ਗਿਆ ਬਟ ਇੱਥੇ ਇੱਕ ਅਜੀਬ ਤਰੀਕੇ ਅਜੀਬ ਤਰੀਕੇ ਦੀ ਪ੍ਰੋਬਲਮ ਸਾਹਮਣੇ ਆਈਆਂ ਐਸ ਤੋਂ ਬਾਅਦ SST ਵਾਲੀ ਬੋਲਡ ਆਨਸਰ ਕੀ ਹੈ ਮਤਲਬ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਸੀ ਹਰ ਇੱਕ ਨੂੰ ਪਤਾ ਹੈ ਇਸ ਚੀਜ਼ ਦੇ ਬਾਰੇ ਵਿੱਚ ਤਾਂ ਇੱਕ ਸਭ ਤੋਂ ਵੱਡਾ ਵਿਵਾਦ ਰਿਹਾ ਐਸਐਸਟੀ ਦਾ ਪੇਪਰ 100% ਇਹੀ ਮੰਨਿਆ ਜਾ ਰਿਹਾ ਕੈਂਸਲ ਤੇ ਗਾਇਜ਼ ਉਹ ਉੱਪਰ ਵਾਲੇ ਸਟੂਡੈਂਟ ਚਾਹੇ 240 ਹੀ ਕਿਉਂ ਨਾ ਹੋਣ ਹਾਂ ਮੈਂ ਇੱਥੇ ਕਹਿਣ ਤੋਂ ਪਰਹੇਜ਼ ਨਹੀਂ ਕਰ ਸਕਦਾ ਕਈ ਅਦਰ ਸਟੂਡੈਂਟਸ ਇਸ ਚੀਜ਼ ਦਾ ਫਾਇਦਾ ਉਠਾਣ ਦੀ ਕੋਸ਼ਿਸ਼ ਕਰ ਰਹੇ ਐ ਬਟ ਗਾਇਜ਼ ਮੈਂ ਜੋ ਚੀਜ਼ ਐ ਮੈਂ ਹਮੇਸ਼ਾ ਸੱਚ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਅੱਜ ਵੀ ਤੁਹਾਡੇ ਸਾਹਮਣੇ ਹੈ ਉਹੀ ਚੀਜ਼ ਕਿ ਇਹ 240 ਸਟੂਡੈਂਟਸ ਦੇ ਨਾਲ ਜੋ ਹੋਇਆ ਹਾਂ ਕਈ ਹਿਡਨ ਗੱਲਾਂ ਹੋਣਗੀਆਂ ਉਹਨਾਂ ਦੀ ਨਿਊਜ਼ਪੇਪਰ ਵਿੱਚ ਜਾ ਕੇ ਛਪ ਗਈ ਬਟ ਮੰਨ ਕੇ ਚੱਲੋ ਅਗਰ 1.5 ਲੱਖ ਸਟੂਡੈਂਟ ਹੈ ਉਸ ਦੇ ਵਿੱਚੋਂ ਜੋ ਵੀ ਸੀਰੀਅਸ ਹੋ ਕੇ ਪੇਪਰ ਦੇ ਕੇ ਗਿਆ ਕੋਈ 2 4000 5000 ਸੂਰਨ ਨਾਲ ਇਹ ਦਿੱਕਤ ਹੋਈ ਬਟ ਬਾਕੀ ਸਟੂਡੈਂਟਸ ਉਸ ਚੀਜ਼ ਦਾ ਫਾਇਦਾ ਨਾ ਉਠਾਉ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ 5000 ਦਾ ਤੁਸੀਂ ਸਾਥ ਦਿੰਦੇ ਹੋਏ ਅੱਗੇ ਆ ਸਕਦੇ ਹੋ ਰਾਈਟ ਤਾਂ ਇਹ ਇਹ ਗੱਲ ਜਿਹੜੀ ਹੈਗੀ ਤੁਹਾਨੂੰ ਸਮਝ ਨਹੀਂ ਚਾਹੀਦੀ ਹੈ ਗਾਇਸ ਹਰ ਇੱਕ ਸਾਈਡ ਤੋਂ ਜਿਹੜਾ ਹੈਗਾ ਮੈਂ ਮਤਲਬ ਇੱਕ ਮੈਂ ਕਹਾਂ ਸਟੂਡੈਂਟ ਦਾ ਇੱਕ ਇੱਕ ਦਾ ਟਾਈਮ ਇੰਪੋਰਟੈਂਟ ਹੈ ਸਟੂਡੈਂਟ ਦੀ ਇੱਕ ਇੱਕ ਦੀ ਮਤਲਬ ਉਹ ਡਿਪਾਰਟਮੈਂਟ ਕਿੰਥੋਂ ਭਰ ਪਾਈ ਕਰ ਦੇਗਾ ਚਾਕੇ ਵੀ ਡਿਪਾਰਟਮੈਂਟ ਭਰਪਾਈ ਨਹੀਂ ਕਰ ਸਕਦਾ ਜੀ ਦੇਖੋ ਡਵੈਲਪਮੈਂਟ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਜੋ ਸਮਾਂ ਨਿਕਲ ਗਿਆ ਉਹ ਨਿਕਲ ਗਿਆ ਤੋ ਇਹ ਸਮਾਂ ਦਾ ਵਾਪਿਸ ਨਹੀਂ ਆ ਸਕਦਾ ਜੀ ਸਟੂਡੈਂਟ ਨੇ ਪਤਾ ਨਹੀਂ ਕਿੰਨਾ ਕੀ ਛੱਡਿਆ ਹੋਊਗਾ ਕਿਸੇ ਨੇ ਆਪਣੀ ਜੋਬ ਛੱਡ ਕੇ ਪ੍ਰਾਈਵੇਟ ਜੋਬ ਛੱਡ ਕੇ ਤਿਆਰੀ ਕੀਤੀ ਈਵਨ ਕਿਸੇ ਨੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਿਹੜੀ ਉਸ ਦੀ ਗਵਰਨਮੈਂਟ ਜੋਬ ਤੇ ਕਿਉਂ ਨਾ ਸੀਗਾ ਜਾਂ ਆਪਦੀ ਕੋਈ ਠੇਕੇ ਵਾਲੀ ਜੋਬ ਤੇ ਕੰਟਰੈਕਟ ਬੇਸਿਸ ਵਾਲੀ ਜੋਬ ਤੇ ਸੀਗਾ ਉਸਨੇ ਵੀ ਆਪਣਾ ਸਮਾਂ ਇੰਪੋਰਟੈਂਟ ਸਮਾਂ ਨਿਕਾਲ ਲਿਆ ਹੋਵੇਗਾ ਤਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੋਈ ਦੋਰਾਈ ਨਹੀਂ ਹੈ ਸਮਾਂ ਬਹੁਤ ਜ਼ਰੂਰੀ ਸੀ ਸਾਰਿਆਂ ਦੇ ਸਾਰਿਆਂ ਪਿੱਛੇ ਇੱਕ ਵੱਡਾ ਰੀਜ਼ਨ ਇਹੀ ਰਿਹਾ ਟਾਈਮ ਦੀ ਸ਼ੋਰਟੇਜ ਹੁਣ ਇਹ ਕਿੱਥੋਂ ਕਿਵੇਂ ਫਿਕਸ ਹੋ ਗਿਆ ਇਹ ਸਭ ਤੋਂ ਵੱਡੇ ਪ੍ਰੋਬਲਮ ਇਹੀ ਬਣ ਇਹੀ ਆਪਣੀ ਆਵਾਜ਼ ਸਭ ਤੋਂ ਪਹਿਲਾਂ ਪਹੁੰਚਣੀ ਚਾਹੀਦੀ ਹੈ ਕਿ ਭਾਈ ਅੱਗੇ ਤੋਂ ਕੋਈ ਐਵੇਂ ਦਾ ਕੰਮ ਨਾ ਕੀਤਾ ਜਾਵੇ ਮੈਂ ਇਹ ਵੀ ਮੰਨ ਸਕਦਾ ਕਿ ਡਿਪਾਰਟਮੈਂਟ ਵਾਲੇ ਕਹਿ ਸਕਦੇ ਆ ਕਿ ਯੂਨੀਅਨ ਵਾਲਿਆਂ ਨੇ ਸਾਡੇ ਉੱਪਰ ਦਬਾਅ ਬਣਾਇਆ ਸਟੂਡੈਂਟਸ ਦਾ ਦਬਦਬਾ ਸੀਗਾ ਇੱਕ ਵੱਡਾ ਇਕੱਠ ਪਿਛਲੇ ਦਿਨਾਂ ਵਿੱਚ ਯੂਨੀਅਨ ਵਾਲਿਆਂ ਨੇ ਕੀਤਾ ਬਟ ਗਾਇਸ ਯੂਨੀਅਨ ਵਾਲਿਆਂ ਨੇ ਕਿਤੇ ਵੀ ਇਹ ਨਹੀਂ ਕਿਹਾ ਸੀਗਾ ਕਿ ਚਲੋ ਹੁਣ ਈਟੀਟੀ 9594 ਤੋਂ ਪਹਿਲਾਂ ਉਹਨਾਂ ਨੇ ਮੰਗ ਜ਼ਰੂਰ ਕੀਤੀ ਸੀ ਮੈਂ ਇਸ ਚੀਜ਼ ਦੇ ਹੱਕ ਵਿੱਚ ਮਤਲਬ ਮੈਂ ਕਹਿ ਸਕਦਾ ਹਾਂ ਕਿ ਡਿਪਾਰਟਮੈਂਟ ਦੇ ਹੱਕ ਵਿੱਚ ਇਹ ਗੱਲ ਮੈਂ ਬੋਲ ਸਕਦਾ ਕਿ ਡਿਪਾਰਟਮੈਂਟ ਹੀ ਜ਼ਿੰਮੇਵਾਰ ਠਹਿਰਾਏ ਕਿ ਸਾਡੇ ਉੱਪਰ ਬਰਡਨ ਸੀਗਾ ਇਹਨਾਂ ਦਾ ਤਾਂ ਜਾਂ ਉੱਪਰ ਸਰਕਾਰ ਕਹੇ ਤਾਂ ਇਹਦੇ ਵਿੱਚ ਇੱਕ ਗੱਲ ਸਾਫ਼ ਤੌਰ ਤੋਂ ਹੈ ਜੋ ਐਥਿਕ ਮੇਨ ਪੁਆਇੰਟ ਹੈ ਕਿ ਐਕਚੁਅਲੀ ਦੇ ਵਿੱਚ ਅੱਗੇ ਦੀ ਦਾ ਸਿਚੁਏਸ਼ਨ ਸੰਭਾਲੀ ਜਾ ਸਕਦੀ ਸੀ ETD 994 ਹੋ ਚੁੱਕਿਆ ਸੀਗਾ ਜਦੋਂ ਤਿਆਰੀਆਂ ਮੁਕੰਮਲ ਹੀ ਨਹੀਂ ਹੋਈਆਂ ਸੀਗੀਆਂ ਤਾਂ ਐਨਾ ਚੀਜ਼ਾਂ ਤੇ ਗੌਰ ਫਰਮਾਇਆ ਜਾ ਸਕਦਾ ਸੀਗਾ ਸਟੂਡੈਂਟ ਕੰਪਨਸੇਸ਼ਨ ਦੀ ਡਿਮਾਂਡ ਕਰ ਰਹੀ ਹੈ ਬਟ ਸਟੂਡੈਂਟ ਮੇਰਾ ਪਰਸਨਲ ਥੀ ਵੈ ਹਲੇ ਤੱਕ ਦਾ ਮੈਂ ਮੰਨਦਾ ਤੁਹਾਡੇ ਉਸ ਸਮੇਂ ਦੀ ਬਰਪਾਈ ਨਹੀਂ ਕੀਤੀ ਜਾ ਸਕਦੀ ਸ਼ਾਇਦ ਪੈਸੇ ਦੀ ਬਰਪਾਈ ਹੋ ਜਾਏ ਬਟ ਉਸ ਸਮੇਂ ਦੀ ਬਰਪਾਈ ਤੁਹਾਡੀ ਕੋਈ ਨਹੀਂ ਕਰ ਸਕਦਾ ਪੇਪਰ ਆਫ ਫ੍ਰੀ ਚ ਕੰਡਕਟ ਕਰਵਾ ਦੇਣਗੇ ਇਹ ਸਾਡੇ ਸਿੱਖਿਆ ਮੰਤਰੀ ਜੀ ਨੇ ਵੀ ਕਿਹਾ ਸੀਗਾ ਅਰਜੋਤ ਸਿੰਘ ਬੈਂਸ ਨੇ ਵੀ ਕਿਹਾ ਸੀਗਾ ਸੋ ਉਹ ਹੋਇਆ ਸੋ ਹੋਇਆ ਰਾਈਟ ਮੈਂ ਉਸ ਚੀਜ਼ ਬਟ ਮੈਂ ਇਹ ਮੈਂ ਤੁਸੀਂ ਚਾਹ ਕੇ ਵੀ ਜਿਹੜਾ ਸਮਾਂ ਤੁਹਾਡਾ ਨਿਕਲ ਗਿਆ ਉਸੇ ਤੁਸੀਂ ਬਰਪਾਈ ਨਹੀਂ ਕਰ ਪਾਉਗੇ ਇਹ ਸੱਚ ਹੈ ਅੱਗੇ ਦਿਲੀ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਆਪਣਾ ਜਿਹੜਾ ਸਮਾਂ ਹੈ ਲਾਈਕ 5 ਦਿਨ 7 ਦਿਨ ਜੋ ਵੀ ਹੈ ਇੱਕ ਵਾਰ ਜਦੋਂ ਤੱਕ ਐਗਜ਼ੈਕਟਲੀ ਨਹੀਂ ਕਲੀਅਰ ਕਲੈਰਿਟੀ ਆਪਾਂ ਦੀ ਪਹਿਲੀ ਗੱਲ ਤੋਂ ਉਸ ਤੋਂ ਪਹਿਲਾਂ ਆਏਗੀ ਤੇ ਮੈਨੂੰ ਇਹ ਹੀ ਉਮੀਦ ਹੈ ਮੈਨੂੰ ਪਹਿਲੇ ਦਿਨ ਤੋਂ ਇਹ ਹੀ ਉਮੀਦ ਹੈ ਇੱਕ ਤੋਂ ਸਵੇ ਮਹੀਨੇ ਤੋਂ ਜ਼ਿਆਦਾ ਨਹੀਂ ਲੈਣਾ ਚਾਹੀਦਾ ਇਹਨਾਂ ਨੂੰ ਵੈਸੇ ਵੀ ਇੱਕ ਤੋਂ ਸਵਾ ਮਹੀਨਾ ਬਹੁਤ ਸਮਾਂ ਵਧੀਆ ਹੈ ਉਹ ਚੀਜ਼ ਲਈ ਸੀਲਸ ਬ੍ਰੋਕਨ ਸੀਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਗਾਇਸ ਸੀਲਸ ਇਹਦੇ ਵਿੱਚ ਬ੍ਰੋਕਨ ਸੀਗੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਐਂਡ بڑے ਸਟੂਡੈਂਟਸ ਨੇ ਇਸ ਚੀਜ਼ ਤੇ ਜਿਹੜਾ ਹੈਗਾ ਜਤਾਇਆ ਹੁਣੇ ਇਹ ਨਹੀਂ ਸਮਝ ਆ ਰਹੀ ਕਿ ਪੇਪਰ ਲੀਕ ਹੋਇਆ ਤਾਂ ਐਨੇ ਵੱਡੇ ਲੈਵਲ ਤੇ ਲੀਕ ਹੋ ਗਿਆ ਇਹ ਨਹੀਂ ਸਮਝ ਆ ਪਾਈ ਗੱਲ ਇਹ ਵੀ ਨਹੀਂ ਸਮਝ ਆ ਪਾਈ ਚਲੋ ਡਿਪਾਰਟਮੈਂਟ ਨੇ ਫਾਈਨਲੀ ਫੈਸਲਾ ਚਾਹੀ ਉਦੋਂ ਹੀ ਲਿਆ ਬਟ ਪੇਪਰ ਬਾਹਰ ਕਿਵੇਂ ਆ ਗਿਆ ਕਿਉਂਕਿ ਸਟ੍ਰਿਕਟ ਇਨਸਟਰਕਸ਼ਨਸ ਨਹੀਂ ਸੀ ਉਹਨਾਂ ਟੀਚਰਸ ਨੂੰ ਹਰ ਇੱਕ ਪਰਸਨ ਨੂੰ ਅੰਦਰ ਟੀਚਰਸ ਦਾ ਮੋਬਾਈਲ ਫੋਨ ਅਲਾਉ ਨਹੀਂ ਹੋਣਾ ਚਾਹੀਦਾ ਸੀ ਬਹੁਤ ਸਾਰੀਆਂ ਗੱਲਾਂ ਸੀ ਸੁਪਰਿੰਟੈਂਡੈਂਟ ਸਾਹਿਬ ਤੇ ਹੁਣ ਇਹ ਵੀ ਚੀਜ਼ ਦੇਖੇਗੀ ਨਕਲ ਇੱਕ ਵੱਡਾ ਗੱਲ ਹੈ ਹੁਣ ਗਾਇਜ਼ ਇਹ ਸੱਚਾਈ ਹੈ ਨਕਲ ਵਾਲੀ ਸਾਈਡ ਤੋਂ ਉਹ ਸਾਰੇ ਸੀਰੀਅਸ ਸਟੂਡੈਂਟ ਮੇਰੇ ਐਸ ਹੱਕ ਦੇ ਵਿੱਚ ਹੋਣਗੇ ਦੇਖੋ ਗਾਇਜ਼ ਨਕਲ ਜਿਹੜੀ ਹੈਗੀ ਇਹ ਬਹੁਤ ਗਲਤ ਚੀਜ਼ ਹੈ ਐਂਡ ਉਹ ਵੀ ਇਹੋ ਜਿਹੇ ਪੇਪਰ ਵਿੱਚ ਪਰ ਕਿ ਐਹੋ ਜੇ ਪੇਪਰ ਵਿੱਚ ਅਗਰ ਨਕਲ ਕੀਤੀ ਜਾਂਦੀ ਹੈ ਨਾਲ ਵਾਲੇ ਸਟੂਡੈਂਟਸ ਨੂੰ ਡਿਸਟਰਬ ਕੀਤਾ ਜਾਂਦਾ ਹੈ ਇੱਥੇ ਕੌਣ ਜ਼ਿੰਮੇਵਾਰ ਇੱਥੇ ਮੈਂ ਤਾਂ ਨਾ ਤਾਂ ਡਿਪਾਰਟਮੈਂਟ ਨੂੰ ਜ਼ਿੰਮੇਵਾਰ ਮੰਨੂੰਗਾ ਨਾ ਹੀ ਮੈਂ ਸਰਕਾਰ ਨੂੰ ਜ਼ਿੰਮੇਵਾਰ ਮੰਨੂੰਗਾ ਇੱਥੇ ਤਾਂ ਸੁਪਰੀਡੈਂਟ ਦਾ ਕੰਟਰੋਲ ਨਹੀਂ ਹੈ ਤਾਂ ਇੱਥੇ ਤਾਂ ਕੋਈ ਸ਼ੱਕ ਨਹੀਂ ਹੈ ਇੱਥੇ ਤਾਂ ਸੁਪਰੀਡੈਂਟ ਜ਼ਿੰਮੇਵਾਰ ਹੈ ਜੀ ਰਾਈਟ ਤਾਂ ਇੱਥੇ ਤਾਂ ਸੁਪਰੀਡੈਂਟ ਦੀ ਹੀ ਜ਼ਿੰਮੇਵਾਰੀ ਬੰਦੀ ਅੰਦਰ ਸਖਤਾਈ ਕਰਨ ਦੀ ਤੇ ਸੁਪਰੀਡੈਂਟ ਤੋਂ ਵੀ ਪਹਿਲਾਂ ਟੀਚਰ ਨੂੰ ਰਿਸਪੌਂਸੀਬਲ ਬੰਨਣਾ ਚਾਹੀਦਾ ਉਹਨੂੰ ਐਦਾਂ ਦਾ ਕੁਝ ਕਰਨ ਹੀ ਨਹੀਂ ਦੇਣਾ ਚਾਹੀਦਾ ਉਹਨੂੰ ਚਾਹ ਸਮੋਸਿਆਂ ਵਿੱਚ ਨਹੀਂ ਪੈਣਾ ਚ ਭਈ ਹੋਤਾ ਇੱਕ ਪਾਰਟ ਹੈਗੇ ਉਹ ਇੱਕ ਦਿਨ ਮौज-ਮਸਤੀ ਵਾਲਾ ਥੋੜੀ ਸੀਗਾ ਉਹ ਸਟੂਡੈਂਟਸ ਦੀ ਲਾਈਫ ਦਾ ਇੱਕ ਇੰਪੋਰਟੈਂਟ ਡੇ ਹੈ ਅਗਰ ਮੈਂ ਤੁਹਾਨੂੰ ਅਗਲੀ ਗੱਲ ਕਰਾਂ ਜ਼ਰਾ ਇਹ ਉਹ ਨਿਊਜ਼ ਹੈ ਪੀਐਸਟੈਟ 2 ਦੇ ਵਿੱਚ ਜਿਹੜਾ ਇੱਕ ਸੈਂਟਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਬਣੇ ਹੋਏ ਤੇਰਾ ਪ੍ਰੀਖਿਆ ਕੇਂਦਰ ਦੇ ਵਿੱਚ ਇੱਕ ਸੈਂਟਰ ਦੀ ਐਗਜ਼ੈਕਟਲੀ ਉਹ ਨਿਊਜ਼ ਹੈ ਤੁਹਾਡੇ ਸਾਹਮਣੇ ਜੋ ਰੱਖੀ ਜਾ ਰਹੀ ਹੈ ਕਿ 4:30 ਵਜੇ ਜਿਵੇਂ ਪ੍ਰੀਖਿਆ ਕੇਂਦਰ ਤੋਂ ਬਾਹਰ ਆਏ ਸਟੂਡੈਂਟਸ ਤਾਂ ਉਹਨਾਂ ਨੇ 240 ਪ੍ਰਸ਼ਨ ਪੱਤਰ ਜਿਹੜੇ ਹੈਗੇ ਆ ਐਗਜ਼ੈਕਟਲੀ 400s ਵਿੱਚੋਂ 240 ਲਈ ਪ੍ਰਸ਼ਨ ਪੱਤਰ ਆਏ ਸੀ ਮੈਥ ਸਾਇੰਸ ਦੇ ਬਾਕੀ ਸਟੂਡੈਂਟਸ ਲਈ ਆ ਹੀ ਨਹੀਂ ਸੀਗੇ ਉਹਨਾਂ ਨੇ ਐਸਐਸਟੀ ਦੇ ਪੇਪਰਸ ਭੇਜ ਦਿੱਤੇ ਹੁਣ ਗੱਲ ਇਹ ਵੀ ਸੱਚੀ ਹੈ ਜੇ ਇੱਕ ਜਗ੍ਹਾ ਤੇ ਐਸਐਸਟੀ ਦੇ ਪੇਪਰ ਆਏ ਹੈ ਤਾਂ ਭਾਈ ਘਪਲਾ ਤਾਂ ਦੂਸਰੀ ਜਗ੍ਹਾ ਤੇ ਵੀ ਹੋਇਆ ਹੈ ਕਿਸੇ ਜਗ੍ਹਾ ਤੇ ਉਹ ਐਸਐਸਟੀ ਦੇ ਪੇਪਰ ਨਹੀਂ ਆਏ ਉਹਨਾਂ ਨੇ ਕੀ ਤੁਸੀਂ ਸੋਚਿਆ ਇਸ ਚੀਜ਼ ਤੇ ਤਾਂ ਇੱਕ ਜਗ੍ਹਾ ਦੀ ਨਿਊਜ਼ ਜ਼ਰੂਰ ਸਾਹਮਣੇ ਆ ਗਈ ਸ਼ਾਇਦ ਦੂਸਰੀ ਜਗ੍ਹਾ ਦੀ ਨਹੀਂ ਆਈ ਤਾਂ ਇੱਕ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਇੱਕ ਯੂਨੀਫਾਰਮ ਟਾਈਪ ਨਾਲ ਰੂਲਸ ਨਹੀਂ ਸੀ ਰੈਗੂਲੇਸ਼ਨ ਨਹੀਂ ਸੀ ਜਿਸ ਕਰਕੇ ਪ੍ਰੋਬਲਮ ਆਈ ਕਈ ਸਟੂਡੈਂਟਸ ਤੇ ਮੈਨੂੰ ਇਹ ਵੀ ਜਿਹੜੇ ਹੈਗੇ ਆ ਇੱਕ ਉਹਨਾਂ ਨੂੰ ਮਿਲਿਆ ਕਾਮਨ ਕੁਐਸਚਨ ਇਹ ਵੀ ਸੀਗਾ ਕਿ ਇਹ ਸਟੂਡੈਂਟ ਨੇ ਇੱਕ ਵਟਸਐਪ ਤੇ ਮੈਸੇਜ ਭੇਜਿਆ ਸੀਗਾ ਹੈਲਪਲਾਈਨ ਨੰਬਰ ਤੇ ਕਿ ਪਲੀਜ਼ ਸਰ ਸਰ ਪਲੀਜ਼ ਇਹ ਗੱਲ ਅਨਮੋਲ ਸਰ ਨੂੰ ਕਹਿ ਦਿਓ ਕਿ ਪੇਪਰ ਵਿੱਚ OMR ਸ਼ੀਟ ਤੇ ਕੁਐਸਚਨ ਬੁੱਕਲੇਟ ਨੰਬਰ ਭਰਨ ਲਈ ਇੱਕ ਕੋਈ ਇੱਕੋ ਦੀ ਜਗ੍ਹਾ ਸੀ ਸਾਨੂੰ ਦੋ ਅਲੱਗ-ਅਲੱਗ ਬੁੱਕਲੇਟ ਅਲੱਗ-ਅਲੱਗ ਸੀਰੀਅਲ ਨੰਬਰ ਦੇ ਦਿੱਤੇ ਗਏ ਸੀ ਤੇ ਰੋਲ ਨੰਬਰ ਵੀ ਉਸ ਨਾਲੋਂ ਅਲੱਗ ਸੀ ਤਾਂ ਇਹ ਸੱਚਾਈ ਹੈ ਕਿ ਗਲਤੀ ਕਈ ਜਗ੍ਹਾ ਤੋਂ ਹੋਈ ਹੈ ਪਹਿਲੀ ਵਾਰ ਲਈ ਕੰਡਕਟ ਹੋ ਰਿਆ ਸੀ ਪੇਪਰ 2 ਵਾਲਿਆਂ ਲਈ ਸ਼ਾਇਦ ਇਹ ਚੀਜ਼ ਜਿਹੜੀ ਬੋਲੀ ਜਾ ਰਹੀ ਹੈ ਸਟੂਡੈਂਟ ਨੇ ਕਲੀਅਰ ਤਾਂ ਨਹੀਂ ਕੀਤਾ ਹੈ ਕਿਉਂਕਿ ਦੋ ਬੁੱਕਲੇਟ ਤਾਂ ਉਹਨਾਂ ਨੂੰ ਹੀ ਦਿੱਤੀ ਸੀ ਤੇ ਨੀਚੇ ਬੈਸੇ ਸਟੂਡੈਂਟ ਨੇ ਕਹਿ ਦਿੱਤੀ ਵਾਲਿਆਂ ਲਈ ਚਲੋ ਨੰਬਰ ਹਾਈਲਾਈਟ ਸੀ ਉਹ ਚੀਜ਼ ਤਾਂ ਪਤਾ ਉਹ ਸਾਰੇ ਨਹੀਂ ਪਤਾ ਚੱਲ ਪਏ ਹੁਣ ਉਹ ਸਭ ਨੂੰ ਨਹੀਂ ਪਤਾ ਚੱਲ ਪਾਇਆ ਇੱਕ ਸਟੂਡੈਂਟ ਦਾ ਇਹ ਵੀ ਕਮੈਂਟ ਆਇਆ ਕਿ ਸਰ ਮੇਰੇ ਬੁੱਕਲੇਟ ਵਿੱਚ 130 ਕੁਐਸਚਨ ਸੀ ਉਹਨਾਂ ਅੰਦਰ ਉਹਨਾਂ ਨੇ ਫੋਟੋਸਟੇਟ ਸਟਾਰਟ ਕਰਵਾ ਦਿੱਤੀ ਹੈ ਇਹ ਵੀ ਦੱਸਿਆ ਗਿਆ ਕਿ ਅੰਦਰ ਸਰ ਫੋਟੋਸਟੇਟਸ ਸਟਾਰਟ ਕਰਵਾ ਦਿੱਤੀ ਗਈ ਹੈ ਉਸ ਤੋਂ ਬਾਅਦ ਬੜਾ ਲੰਮਾ ਟਾਈਮ ਲੱਗਿਆ ਬੜਾ ਇੱਕ ਸਮਾਂ ਕੰਜ਼ਿਊਮ ਹੋਇਆ ਬੜਾ ਸਮਾਂ ਵੇਸਟ ਹੋਇਆ ਸਾਡਾ ਹੁਣ ਉਸ ਤੋਂ ਬਾਅਦ ਇੱਕ ਜਗ੍ਹਾ ਤੇ ਤਾਂ ਇਹ ਵੀ ਨਿਊਜ਼ ਸਾਹਮਣੇ ਆਈ ਕਿ ਸਰ ਸਾਨੂੰ ਜਿਹੜਾ ਪੇਪਰ ਸੀਗਾ ਉਹ 2:00 ਵਜੇ ਸਮਥਿੰਗ ਟਾਈਮ ਤੇ ਦਿੱਤਾ ਗਿਆ ਤੇ ਉਸ ਤੋਂ ਬਾਅਦ 4:30 4:20 25 ਦੇ ਪੇਪਰ ਲੈ ਲਏ ਜੀ ਸਾਡੇ ਕੋਲ ਨੂੰ ਭਾਈ ਇੱਥੇ ਮੈਂ ਇੱਕ ਸਾਈਡ ਤੋਂ ਕਹੂੰਗਾ ਭਾਈ ਇੱਥੇ ਤੁਸੀਂ ਸਟੂਡੈਂਟਸ ਆਪਦੇ ਹੱਕ ਲਈ ਬੋਲਦੇ ਨਾ ਤਾਂ ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਸੀ ਕਿਰ ਤੁਹਾਡੇ ਸੈਂਟਰ ਵਿੱਚ ਹੀ ਹੋਇਆ ਹੈ ਮੈਨੂੰ ਯਾਦ ਨਹੀਂ ਆ ਉਹ ਸੈਂਟਰ ਕਿਹੜਾ ਸੀਗਾ ਮੈਨੂੰ ਪਤਾ ਹੈ ਇੱਥੇ ਬੈਠ ਕੇ ਐ ਸੀਟ ਤੇ ਬੈਠ ਕੇ ਮੇਰੇ ਲਈ ਬੋਲਣਾ ਬੜਾ ਸੁੱਖਾ ਹੈ ਬਟ ਗਾਇਜ਼ ਮੌਕਾ ਤੁਸੀਂ ਸੰਭਾਲ ਸਕਦੇ ਸੀਗੇ ਅੱਜ ਤੁਸੀਂ ਗੱਲ ਦੱਸ ਸਕਦੇ ਹੋ ਬਟ ਉਹ ਸੀਜ਼ ਦੇ ਲਈ ਉਹ ਜਿਹੜਾ ਸੋਲੂਸ਼ਨ ਹੈ ਉਹ ਤਾਂ ਤੁਹਾਡੇ ਸਾਹਮਣੇ ਆਏਗਾ ਹੀ ਆਏਗਾ ਕਿ ਪੇਪਰ ਆਊਟ ਆਫ ਸਿਲੇਬਸ ਸੀਗਾ ਇੱਕ ਕੁਐਸਚਨ ਬੜਾ ਪੰਜਾਬ ਦੇ ਵਿੱਚ ਵਾਇਰਲ ਹੋ ਰੱਖਿਆ ਹੈ ਮੈਂ ਉਸ ਦਿਨ ਵੀ ਬੋਲਿਆ ਜਿਸ ਦਿਨ ਮੈਂ ਅਨਸਰ ਕੀ ਵੀ ਬਣਾ ਰਿਹਾ ਸੀਗਾ ਗਾਇਜ਼ ਇਸ ਦੇ ਵਿੱਚ ਕੋਈ ਦੋ رائے ਨਹੀਂ ਹੈ ਕਿ ਪੇਪਰ ਦਾ ਕੁਝ 파ਟ ਆਊਟ ਆਫ ਸਿਲੇਬਸ ਸੀਗਾ ਬਟ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਟੋਟਲੀ ਆਊਟ ਆਫ ਸਿਲੇਬਸ ਸੀਗਾ ਭਾਈ ਇਹ ਗੱਲ ਤੁਸੀਂ ਕਹਿ ਲੋ ਕਿ 10% ਤੋਂ ਕੁਝ ਜ਼ਿਆਦਾ 파ਟ ਜਾਂ 10% ਮਤਲਬ 10% ਵੀ ਬਹੁਤ ਜ਼ਿਆਦਾ ਤਾਂ ਨਹੀਂ ਬਟ 10% ਤੁਸੀਂ ਫਿਰ ਵੀ ਕਹਿ ਸਕਦੇ ਹੋ ਲਾਈਕ ਪੇਪਰ 2 ਵਾਲਿਆਂ ਦੇ ਲਈ ਸਾਈਕੋਲੋਜੀ ਦੇ ਕਈ ਇਹੋ ਜਿਹੇ ਟੌਪਿਕਸ ਜਿਹੜੇ ਕਿ ਆਊਟ ਆਫ ਸਿਲੇਬਸ ਸੀਗੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਬਟ ਇਹਦਾ ਮਤਲਬ ਇਹ ਨਹੀਂ ਆ ਕਿ ਸਾਈਕੋਲੋਜੀ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਆਈ ਨਹੀਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਪੜ੍ਹ ਕੇ ਨਹੀਂ ਗਿਓ ਉਹਨੂੰ ਡੈਪਥ ਵਿੱਚ ਇਹਨੂੰ ਐਸਚਾਈ ਨੂੰ ਐਕਸੈਪਟ ਕਰੋ ਹਾਂ ਮੈਂ ਤੁਹਾਡੇ ਹੱਕ ਵਿੱਚ ਖੜਾ ਬਟ ਮੈਂ 15 ਕੁਐਸਚਨ ਤੋਂ ਜ਼ਿਆਦਾ ਆਊਟ ਆਫ ਸਿਲੇਬਸ ਨਹੀਂ ਮੰਨਾਂਗਾ ਕਿਉਂਕਿ ਬਾਕੀ ਦੀ ਜਿਹੜੀ ਗੱਲ ਹੈ ਨਾ ਗਾਈਜ਼ ਇੰਨੀ ਚੀਜ਼ ਧਿਆਨ ਵਿੱਚ ਰੱਖ ਲੈਣਾ ਬਾਕੀ ਦੀ ਜਿਹੜੀ ਗੱਲ ਹੈ ਭਾਈ ਇਸ ਤੇ ਲਈ ਕੁਛ ਨਾ ਕੁਛ ਤੁਹਾਨੂੰ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਣਾ ਪੂਗਾ ਮੇਰੇ ਤੁਸੀਂ ਪੀਅਰ ਕੋਰਸ ਦੇ ਸਟੂਡੈਂਟਸ ਨੂੰ ਅੱਜ ਵੀ ਤੁਸੀਂ ਪੁੱਛ ਸਕਦੇ ਹੋ ਗਾਇਜ਼ ਉਹਨਾਂ ਨੂੰ ਮੈਂ ਇਹ ਗੱਲ ਅੱਜ ਵੀ ਮਤਲਬ ਜਿਹੜੀ ਗੱਲ ਉਸ ਦਿਨ ਵੀ ਉਹਨਾਂ ਨੂੰ ਬੋਲੀ ਸੀਗੀ ਕਿ ਭਾਈ ਇੱਕ ਵਹਿਮ ਵਿੱਚ ਨਾ ਜਾਈਓ ਤੁਸੀਂ ਪੀਐਸਟੈਟ ਦੇਣ ਜਾ ਰਹੇ ਹੋ ਇਹ 150 ਨੰਬਰ ਤੁਹਾਡਾ ਨਾਮ ਦਾ ਹੈ ਇਹ 150 ਤੁਹਾਨੂੰ ਦਿਖ ਰਿਹਾ ਹੈ ਬਟ ਤੁਸੀਂ 130 ਵਿੱਚ ਦੇ ਕੇ ਆਣਾ ਹੈ ਮੈਂ ਤਾਂ ਉਹਨਾਂ ਨੂੰ ਉਸ ਦਿਨ ਲਈ ਵੀ ਤਿਆਰ ਕੀਤਾ ਹੋਇਆ ਕਿਉਂਕਿ ਅੱਜ ਨਹੀਂ ਇਹ ਪੀਐਸਟੈਟ ਨਹੀਂ ਅੱਜ ਪਹਿਲੀ ਵਾਰ ਨਹੀਂ ਹੈ ਇਹ ਤੁਹਾਡੇ ਲਈ ਨਵਾਂ ਹੋ ਸਕਦਾ हां पेपर 2 ਵਾਲੇ ਲਈ ਉਹਨਾਂ ਨੇ ਸਾਈਕੋਲੋਜੀ ਵਿੱਚ ਕੁਝ ਕੁਐਸਚਨ ਆਊਟ ਆਫ ਸਿਲੇਬਸ ਪਾ ਦਿੱਤੇ ਪੇਪਰ 1 ਵਿੱਚ ਵੀ ਤਿੰਨ ਤੋਂ ਚਾਰ ਸੀਗੇ ਤੇ ਉਹ ਚੀਜ਼ਾਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਅੱਗੇ ਤੋਂ ਮੈਂ ਡਿਪਾਰਟਮੈਂਟ ਨੂੰ ਇਨਸਟਰਕਸ਼ਨ ਕਰੂੰਗਾ ਜੀਐਨਡੀਯੂ ਨੂੰ ਵੀ ਇਨਸਟਰਕਸ਼ਨ ਕਰੂੰਗਾ ਭਾਈ ਤੁਹਾਡਾ ਪਿਛਲਾ ਵੀ ਰਿਕਾਰਡ ਐਵੇਂ ਦਾ ਹੀ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਬਟ ਇੱਥੇ ਤੁਹਾਨੂੰ ਇੱਕ ਛੋਟੀ ਜੀ ਗੁਜ਼ਾਰਿਸ਼ ਕਰ ਸਕਦੇ ਹਾਂ ਅਸੀਂ ਕੋਈ ਤੁਹਾਨੂੰ ਆਦੇਸ਼ ਤਾਂ ਨਹੀਂ ਦੇ ਸਕਦੇ ਤਾਂ ਗੁਜ਼ਾਰਿਸ਼ ਹੈ ਅੱਗੇ ਵੀ ਉਹਨਾਂ ਸਾਰੀ ਯੂਨੀਵਰਸਿਟੀਆਂ ਨੂੰ ਕਿ ਭਾਈ ਇੱਕ ਪੇਪਰ ਹੁੰਦਾ ਹੈ ਕਿ ਟਫ ਬਣਾਨਾ ਤੁਸੀਂ ਪੇਪਰ ਟਫ ਬਣਾ ਸਕਦੇ ਹੋ ਤੁਹਾਡਾ ਪੇਪਰ ਟਫ ਸੀਗਾ ਮਤਲਬ ਮੈਂ ਕਹਿੰਦਾ ਉਹਨਾਂ ਲਈ ਟਫ ਸੀਗਾ ਜਿਨ੍ਹਾਂ ਦੇ ਕਨਸੈਪਟ ਨਹੀਂ ਪੜੇ ਹੋਏ ਸੀ ਮੈਂ ਕਹਿ ਸਕਦਾ ਹਾਂ ਮੈਂ ਇਸ ਇਸ ਗੱਲ ਨੂੰ ਕਹਿੰਨ ਤੋਂ ਕੋਈ ਪਰਹੇਜ਼ ਨਹੀਂ ਕਰਾਂਗਾ ਜਿਨ੍ਹਾਂ ਨੇ ਇਨ ਡੈਪਥ ਕਨਸੈਪਟ ਕਲੀਅਰ ਸੀ ਨਾ ਤੇ ਪੈਡਾਗੋਜੀ ਜਿਨ੍ਹਾਂ ਦੀ ਕਲੀਅਰ ਸੀਗੀ ਮੈਂ ਸਟੂਡੈਂਟਸ ਨੂੰ ਆਲਰੇਡੀ ਅਲਰਟ ਦੇ ਦਿੱਤਾ ਸੀ ਪੈਡਾਗੋਜੀ ਆਉਣ ਵਾਲੀ ਹੈ ਪੈਡਾਗੋਜੀ ਆਉਣ ਵਾਲੀ ਹੈ ਸੀਟੈਟ ਦੀ ਭਰਮਾਰ ਹੋਣ ਵਾਲੀ ਹੈ ਸੀਟੈਟ ਦੀ ਤਰ੍ਹਾਂ ਹੁਣ ਜਿਹੜੇ ਨਹੀਂ ਅਲਰਟ ਸੀ ਤਾਂ ਭਾਈ ਉਹਨਾਂ ਨੂੰ ਅਗੂ ਪ੍ਰੋਬਲਮਸ ਆਈਆਂ ਉਹਨਾਂ ਨੂੰ ਲੱਗਿਆ ਕਿ ਪਤਾ ਨਹੀਂ ਉਹਨਾਂ ਨੂੰ ਤਾਂ ਲੱਗਿਆ ਕਿ ਪਤਾ ਨਹੀਂ 50% ਸਿਲੇਬਸ ਆਊਟ ਆਫ ਮਤਲਬ 50% ਕੁਸ਼ਨ ਹੀ ਆਊਟ ਆਫ ਸਿਲੇਬਸ ਹੈ ਭਾਈ ਅੱਦਾ ਨਹੀਂ ਸੀ ਤੁਸੀਂ ਪੜ੍ਹ ਕੇ ਨਹੀਂ ਗਏ ਸੀਗੇ ਇਹ ਸੱਚਾਈ ਹੈ ਇਹ ਸੱਚਾਈ ਹੈ ਰਾਈਟ ਹਾਂ ਉਹਨੇ ਕਈ ਚੀਜ਼ਾਂ ਐ ਸੌਰੀ ਮਤਲਬ ਇਹ ਗੱਲ ਮੈਂ ਕਹਿ ਸਕਦਾ ਇਹ ਗੱਲ ਮੈਂ ਕਹਿ ਸਕਦਾ ਪੀਐਸਟੈਟ ਦੀ ਈਵੀਐਸ ਦੇਖ ਲਓ ਫੈਕਚੁਅਲ ਗੱਲਾਂ ਨਹੀਂ ਸੀ ਠੀਕ ਹੈ ਫੈਕਟ ਬੇਸ ਗੱਲਾਂ ਨਹੀਂ ਸੀ ਥੋੜੀਆਂ ਜਿਹਾ ਗੁਮਾਵਦਾਰ ਗੱਲਾਂ ਸੀ ਪੇਚੀਦਾ ਗੱਲਾਂ ਸੀਗੀਆਂ ਆ ਇਹ ਚੀਜ਼ ਐਗਜ਼ਾਮੀਨਰ ਕਰ ਸਕਦਾ ਗਾਇਸ ਇਹਦੇ ਲਈ ਆਪਾਂ ਉਹਨੂੰ ਕਲੇਮ ਨਹੀਂ ਕਰ ਸਕਦੇ ਇਹਦੇ ਲਈ ਉਹਨੂੰ ਕਲੇਮ ਨਹੀਂ ਕਰ ਸਕਦੇ 나 ਹੀ ਮੈਂ ਇਥੇ ਉਹ ਕਹਿ ਸਕਦਾ ਬਟ ਆਊਟ ਆਫ ਸਿਲੇਬਸ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਠੀਕ ਹੈ 2 4 5 7 ਕੁਐਸਚਨ ਹੁੰਦੇ ਆ ਵਾਜਬ ਹੈ ਮਟੋ ਵੀ ਤੁਸੀਂ ਇੱਕੋ ਹੀ ਜਗ੍ਹਾ ਤੇ ਉਹਨੂੰ ਠੋਸ ਦੇ ਰਹੇ ਹੋ ਤਾਂ ਇਹ ਚੀਜ਼ ਗਲਤ ਹੈ ਕਿਉਂਕਿ ਇਹ ਸਟੂਡੈਂਟ ਦਾ ਕੌਨਫੀਡੈਂਸ ਡਿਕਰੀਜ਼ ਕਰ ਦੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਬਾਕੀ ਜੋ ਵੀ ਹੈ ਅੱਗੇ ਤੋਂ ਇਸ ਦੇ ਲਈ ਕੋਸ਼ਿਸ਼ ਕੀਤੀ ਜਾਏ ਯੂਨੀਵਰਸਿਟੀਜ਼ ਦੇ ਲਈ ਭਾਈ ਪੇਪਰ ਸਹੀ ਤਰ੍ਹਾਂ ਨਾਲ ਕੰਡਕਟ ਕਰਵਾਇਆ ਜਾਏ ਐਂਡ ਇੱਕ ਇੱਕ ਵੱਡੀ ਪ੍ਰੋਬਲਮ ਹੋਰ ਵੀ ਹੈ ਉਹ ਪ੍ਰੋਬਲਮ ਇਹ ਹੈ ਕਿ ਸਰ ਸਾਨੂੰ ਨਿਊ ਟਾਪਿਕ ਕਰਨੇ ਚਾਹੀਦੇ ਆ ਤਾਂ ਭਾਈ ਇੱਕ ਚੀਜ਼ ਸਮਝ ਲਓ ਜ਼ਰਾ ਕਿ ਮੈਂ ਆਪਣੇ ਸਟੂਡੈਂਟ ਨੂੰ ਹਮੇਸ਼ਾ ਅਲਰਟ ਦੇਣਾ ਹਾਂ ਕਿ ਭਾਈ ਮੈਂ ਇਹ ਨਹੀਂ ਮਨਾ ਕਰ ਰਿਹਾ ਕਿ ਨਵੇਂ ਟਾਪਿਕਸ ਜਿਹੜੇ ਉਹਨਾਂ ਨੇ ਕੁਐਸਚਨ ਪਾਏ ਇੱਕ ਟਾਪਿਕ ਮੈਨੂੰ ਵਧੀਆ ਲੱਗਿਆ ਕਲਾਸਰੂਮ ਮੈਨੇਜਮੈਂਟ ਬਟ ਸਿਲੇਬਸ ਵਿੱਚ ਨਹੀਂ ਸੀਗਾ ਹੋਣਾ ਚਾਹੀਦਾ ਹੈ ਉਹ ਐਂਟੀਟੀ ਦੇ ਸਿਲੇਬਸ ਵਿੱਚ ਐਂਟੀਟੀ ਵਿੱਚ ਪੜਾਇਆ ਹੋਇਆ ਹੋਂ ਸਟੂਡੈਂਟਸ ਨੂੰ ਐਂਟੀਟੀ ਦਾ ਪੇਪਰ ਹਲੇ ਤੱਕ ਹੋਇਆ ਨਹੀਂ ਹੈ ਉਹ ਇਹ ਗੱਲ ਇੱਕ ਅਲੱਗ ਹੈ ਬਟ ਐਂਟੀਟੀ ਦੇ ਸਿਲੇਬਸ ਵਿੱਚ ਉਹ ਹੈ ਕਲਾਸਰੂਮ ਮੈਨੇਜਮੈਂਟ ਬਹੁਤ ਵਧੀਆ ਚੈਪਟਰ ਹੈ ਹੋਣਾ ਚਾਹੀਦਾ ਹੈ ਤੁਹਾਡੇ ਵੀ ਸਿਲੇਬਸ ਵਿੱਚ ਹੋਣਾ ਚਾਹੀਦਾ ਹੈ ਚਲੋ ਇਸ ਵਾਰੀ ਇਹਨਾਂ ਨੇ ਜੋ ਮੇਰਾ ਐਕਸਪੀਰੀਅੰਸ ਕੇ ਅੰਦਰ ਸ਼ਾਇਦ ਇਹਨਾਂ ਨੇ ਇੱਕ ਅਤੀ ਵਾਰ ਪਹਿਲਾਂ ਭਾਵੇਂ ਆਇਆ ਹੋਵੇ ਅੱਜ ਮਤਲਬ ਇਸ ਵਾਰੀ ਦੇਖਣ ਨੂੰ ਮਿਲਿਆ ਗਾਇਜ਼ ਤੁਸੀਂ ਨਵੇਂ ਟਾਪਿਕਸ ਤੇ ਫੋ ਲਾਈਕ ਅਗਰ 15 ਟਾਪਿਕੋਂ ਨੇ ਐਸੋਰੀ ਨਵੇਂ ਮਤਲਬ 15 ਕੁਐਸਚਨ ਨਵੇਂ ਪਾਈ ਦੰਦਾ ਮਤਲਬ ਕਿ ਇਹ 15 ਟਾਪਿਕ ਨਵੇਂ ਆ ਗਏ 10% ਕੁਐਸਚਨ ਨਵੇਂ ਆਏ ਤਾਂ ਤੁਸੀਂ ਕੀ ਕੀਤਾ ਹੁਣ 15 ਟਾਪਿਕ ਪੜਨ ਬੈਠ ਗਏ ਗਾਇਜ਼ ਇੱਕ ਚੀਜ਼ ਸਮਝਣਾ ਜਰਾ ਇੱਕ ਸੱਚਾਈ ਹੈ ਤੁਸੀਂ ਥੋੜੇ ਜੇ ਐਸ ਸਾਈਡ ਤੋਂ भोले-ਭਾਲਿਓ ਮੈਨੂੰ ਕਹਿੰਤੋਂ ਜਿਹੜਾ ਹੈਗਾ ਐਸ ਸਾਈਡ ਤੋਂ ਵੀ ਕੋਈ ਪਰਹੇਜ਼ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਕਈਆਂ ਦੇ ਪਿੱਛੇ ਲੱਗ ਸਕਦੇ ਹੋ ਬਟ ਗਾਇਜ਼ ਪੀਐਸਟਡ ਉਠਾ ਕੇ ਦੇਖ ਲਓ 2011 ਤੋਂ ਅੱਜ ਤੱਕ ਉਠਾ ਕੇ ਦੇਖ ਲਓ ਜਿੰਨੀ ਵਾਰ ਕੁਐਸਚਨ ਆਊਟ ਆਫ ਸਿਲੇਬਸ ਆਏ ਹਨ ਮੇਰੇ ਅਕੋਰਡਿੰਗ ਆ ਵੀ ਬੜਾ ਇਹ ਇਹ ਗੱਲ ਮੈਂ ਸੱਚੀਆਂ ਸੱਚੀਆਂ ਬੋਲ ਰਿਹਾ ਗੁੱਸਾ ਲੱਗ ਸਕਦਾ ਹੈ ਕਿਸੇ ਨੂੰ ਅ ਬਟ ਗਾਇਸ ਸੱਚੀਆਂ ਹੈ ਗੱਲਾਂ 5% ਤੋਂ ਜ਼ਿਆਦਾ ਇਹ ਬੜਾ ਵੱਡਾ ਅੰਕੜਾ ਬੋਲ ਰਿਹਾ 5% ਤੋਂ ਜ਼ਿਆਦਾ ਕੁਸ਼ਣ ਕਦੇ ਰਿਪੀਟ ਨਹੀਂ ਹੋਇਆ ਉਹਦੇ ਉਹ ਐਗਜ਼ਾਮੀਨਰ ਕਿਉਂ ਕਰਦਾ ਹੈ ਉਹ ਐਗਜ਼ਾਮੀਨਰ ਕਰਦਾ ਹੈ ਕਿਉਂਕਿ ਫਰਕ ਪਾ ਸਕੇ 80% ਕੁਸ਼ਣ 80% ਕੁਸ਼ਣ 75% ਕੁਸ਼ਣ ਤਾਂ ਸਭ ਲਈ ਸੇਮ ਸੀਗੇ ਕਿ ਉਹ 10 ਵੀ ਤਾਂ ਤੁਹਾਡੇ ਹੀ ਸੀਗੇ ਉਹ ਵੀ ਸਭ 10 15 ਕੁਐਸਚਨ ਵੀ ਤਾਂ ਸਪਲੀ ਸੀ ਬਟ ਐਗਜ਼ਾਮੀਨਰ ਕਰਦਾ ਹੈ ਜਾਨ ਬੁਝ ਕੇ ਜਿੰਦਾ ਤੱਕਾ ਚੱਲ ਗਿਆ ਉੱਥੇ ਉਹ ਖੇਡ ਜਾਂਦਾ ਹੈ ਕਈ ਵਾਰ ਰਾਈਟਨ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਟ ਗਾਇਜ਼ ਇੱਥੇ ਤੁਹਾਨੂੰ 15 ਟਾਪਿਕ ਆਪਣੇ ਹੋਰ ਵਧਾ ਕੇ ਨਹੀਂ ਬੈਠ ਜਾਣਾ ਹੈ ਭਾਈ ਇਹਨੂੰ ਵੀ ਕੰਟਰੋਲ ਵਿੱਚ ਰੱਖਣਾ ਹੈ ਕਰ ਸਕਦੇ ਹੋ ਕੋਈ ਮਨਾ ਨਹੀਂ ਕਰ ਰਿਹਾ ਪਰ ਇੱਕ ਗੱਲ ਜਿਹੜੀ ਮੈਂ ਬੋਲੀ ਆ ਨਾ ਇਹਦੇ ਉੱਪਰ ਅਮਲ ਕਰ ਸਕਦੇ ਹੋ ਭਾਈ ਗੱਲ ਐਵੇਂ ਨਹੀਂ ਬੋਲੀ ਇੱਕ ਐਕਸਪੀਰੀਅੰਸ ਦੇ ਜ਼ਰੀਏ ਬੋਲੀ ਹੈ ਪੈਡਾਗੋਜੀ ਜਿਹੜੇ ਐਸ ਵਾਰੀ ਪੜਾਉਣਾ ਸ਼ੁਰੂ ਕਰ ਰਿਹਾ ਭਾਈ ਇਹ ਅਕੈਡਮੀ ਆਲਰੇਡੀ 4 ਸਾਲ ਤੋਂ ਪ ਪੈਡਾਗੋਜੀ ਦੇ ਬੇਸਿਸ ਤੇ ਸਟੂਡੈਂਟਸ ਪੇਪਰ ਕਲੀਅਰ ਕਰ ਸਕਦੇ ਆ ਸਾਡੇ ਜੇ ਅੱਜ ਵੀ ਤੁਸੀਂ ਰਿਜ਼ਲਟ ਕੱਢ ਦੋ ਤੇ ਪੈਡਾਗੋਜੀ ਇੱਕ ਵੱਡਾ ਰੀਜ਼ਨ ਪੈਡਾਗੋਜੀ ਇੱਕ ਵੱਡਾ ਰੀਜ਼ਨ ਹੈ ਉਹਨਾਂ ਦਾ ਪੇਪਰ ਕਲੀਅਰ ਕਰਵਾਉਣ ਦੇ ਵਿੱਚ ਅੱਜ ਵੀ ਅਗਰ ਉਸ ਚੀਜ਼ ਦਾ ਰਿਜ਼ਲਟ ਆ ਜਾਏ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਕਈਆਂ ਨੂੰ ਹਾਲੇ ਉਹਨਾਂ ਪਤਾ ਚੱਲ ਰਿਹਾ ਭਾਈ ਇਹ ਟੌਪਿਕ ਨਵੇਂ ਆਏਗੇ ਸੀਗੇ ਅਰੇ ਭਾਈ ਟੌਪਿਕ ਨਵੇਂ ਨਹੀਂ ਸੀ ਇਹ ਤਾਂ ਤੁਸੀਂ ਹੀ ਕਰਵਾਏ ਹੋਏ ਸੀਗੇ ਜਾਂ ਤੁਸੀਂ ਕਰੇ ਨਹੀਂ ਹੋਏ ਸੀ ਐਜ਼ ਅ ਸਟੂਡੈਂਟ ਉਹਨਾਂ ਦੇ ਨਾਤੇ ਇਹ ਸੱਚ ਹੈ ਗਾਇਜ਼ ਇਹ ਸੱਚ ਹੈ ਇਹਨੂੰ ਤੁਸੀਂ ਐਕਸੈਪਟ ਕਰੋ ਹੁਣ ਇੱਕ ਹੋਰ ਵੱਡੀ ਪ੍ਰੋਬਲਮ ਕਿਸਰ ਟਰਾਂਸਲੇਸ਼ਨ ارے بھائی میں ٹرانسلیشن دا مددا اٹھا ਸਕدا تھوڑے لئی بٹ پچھلا کدے پی ایس دا اٹھا کے دیکھو گے اج تک کدے انہاں دی صحیح ٹرانسلیشن آئی ہاں ٹرانسلیشن لئی کسے اک ودیا سپیسیفک پرسن دی صلاح ਲਈ جا سکدی ہے ہاں کدے ان والے ٹائم چ کدے ہیلپ کرن دا موقع ملے میں وی منا نہیں کراں گا ڈیپارٹمنٹری کیونکہ میں 2014 تو اس فیلڈ دے نال اٹائچ ہاں 4.5 سال تو زیادہ پڑھاندے ہویا ٹائم اس چیز دے لئی ہو گیا ہے ਵਿਭਾਗ ਕਦੇ ਵਰਡ ਵੀ ਪੁੱਛਣਾ ਚਾਹੇ ਨਾ ਦਾ ਵਰਡ ਵੀ ਪੁੱਛ ਸਕਦਾ ਹੈ ਤਾਂ ਇਹ ਪਰਸਨ ਉਹਨਾਂ ਦੀ ਪੂਰੀ ਹੈਲਪ ਕਰਨ ਲਈ ਤਿਆਰ ਹੈ ਕਦੇ ਮਨਾ ਨਹੀਂ ਕਰਾਂਗਾ ਡਿਪਾਰਟਮੈਂਟ ਨੂੰ ਇਸ ਕੰਮ ਵਾਸਤੇ ਅਗਰ ਮੇਰੀ ਹੈਲਪ ਕਦੇ ਚਾਹੀਦੀ ਹੋਏ ਤਾਂ ਰਾਈਟ ਅਦਰਵਾਈਜ਼ ਡਿਪਾਰਟਮੈਂਟ ਖੁਦ ਸੁਧਾਰ ਸਕਦਾ ਡਿਪਾਰਟਮੈਂਟ ਕੋਲ ਬੜੇ ਕਾਬਿਲ ਪਰਸਨਸ ਹੋਣਗੇ ਰਾਈਟ ਜਿਹੜੇ ਕਿ ਇਸ ਕੰਮ ਨੂੰ ਕਰ ਸਕਦੇ ਆ ਬਟ ਬੜੇ इजीली इजीली ਵਰਡਸ ਨੂੰ ਗਲਤ ਕੀਤਾ ਜਾਂਦਾ ਤੇ ਇਹ ਪੰਜਾਬੀ ਵਾਲੇ ਸਟੂਡੈਂਟਸ ਲਈ ਹਰ ਵਾਲੀ ਡਿਸਟ੍ਰੈਕਸ਼ਨ ਬੰਦੀ ਹੈ ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਥੋੜਾ ਜਿਹਾ ਹੱਥ ਤੰਗ ਰਹਿੰਦਾ ਹੈ ਥੋੜਾ ਜਿਹਾ ਕਿਉਂਕਿ ਕਾਫੀ ਹੱਥ ਤੰਗ ਰਹਿੰਦਾ ਹੈ ਤਾਂ ਫਿਰ ਉਹਨਾਂ ਦਾ ਇਦਰੋਂ ਟਰਾਂਸਲੇਸ਼ਨ ਦੇਖ ਕੇ ਉਸ ਟਾਈਮ ਤੇ ਹੋਰ ਵੀ ਕਾਫੀ ਸਾਰੀ ਪ੍ਰੋਬਲਮਸ ਆਂਦੀਆਂ ਹੈ ਤਾਂ ਦਿਮਾਗ ਵੀ ਤੰਗ ਹੋ ਜਾਂਦਾ ਹੈ ਬਹੁਤ ਸਾਰੇ ਇਸ਼ੂਸ ਬੰਦੇ ਹੈ ਟਾਈਮ ਮੈਨੇਜਮੈਂਟ ਨਹੀਂ ਹੋ ਪਾਈ ਸਰ ਸਾਡੇ ਕੋਲੋਂ ਟਾਈਮ ਮੈਨੇਜਮੈਂਟ ਭਾਈ ਇਹ ਤੁਹਾਡੀ ਗਲਤੀ ਹੈ ডিপਾਰਟਮੈਂਟ ਦੀ ਗਲਤੀ ਨਹੀਂ ਹੈ ਜੇ ਤੁਹਾਡੇ ਅੰਦਰ ਕਲੋਕ ਨਹੀਂ ਸੀ ਨਾ ਤਾਂ ਮੈਂ ਉਸੇ ਸ਼ਾਮ ਨੂੰ ਕਿਹਾ ਸੀਗਾ ਉਸੇ ਸ਼ਾਮ ਨੂੰ ਕਿਹਾ ਸੀਗਾ ਕਿ ਭਾਈ ਇਸ ਚੀਜ਼ ਨੂੰ ਅੰਦਰ ਜਾ ਕੇ ਤੁਸੀਂ ਸੰਭਾਲਣਾ ਹੈ ਟੀਚਰ ਨੂੰ ਤੁਸੀਂ ਅਲਰਟ ਕਰਨਾ ਹੈ ਇਹਨਾਂ ਚੀਜ਼ਾਂ ਦੇ ਲਈ ਟੀਚਰ ਤੁਹਾਡਾ ਸਾਥ ਦੇਗਾ ਟੀਚਰ ਤੁਹਾਡਾ ਸਾਥ ਦੇਗਾ ਕੁਝ ਕਮੀਆਂ ਗਾਇ ਸਟੂਡੈਂਟਸ ਤੁਹਾਨੂੰ ਆਪਣੀਆਂ ਵੀ ਮੰਨੀਆਂ ਪੈਣੀਆਂ ਕਿ ਭਾਈ ਤਿਆਰੀ ਤੁਹਾਡੀ ਨਹੀਂ ਸੀ ਉਸ ਲੈਵਲ ਦੀ ਹੁਣ ਮੈਂ ਮੈਨੂੰ ਯਾਦ ਹੈ ਮੈਂ ਮੈਥਮੈਟਿਕਸ ਦੀ ਮੈਰਾਥਨ ਵਾਲੇ ਦਿਨ ਤੁਹਾਡੇ ਕਮੈਂਟ ਪੜ ਰਿਹਾ ਸੀਗਾ ਕਿ ਸਰ ਇੰਨੇ ਔਖੇ ਕੁਐਸਚਨ ਆਣਗੇ ਭਾਈ ਜਿਸ ਦੇ ਨਾਲ ਸਟੂਡੈਂਟਸ ਹੁਣ ਉਸ ਦਿਨ ਯਾਦ ਤਾਂ ਕਰਦੇ ਹੋਣਗੇ ਉਸ ਦਿਨ ਦਾ ਸਟੂਡੈਂਟ ਸਮਝਦੇ ਹੋਣਗੇ ਕਿ ਭਾਈ ਹਰ ਵਾਰੀ ਮਜ਼ਾਕ 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 ਥੋੜੀ ਚੱਲਦਾ ਹੈ ਹੁਣ ਉਹ ਤੁਸੀਂ ਹਰ ਵਾਰੀ 2 ਗੁਣਾ 2 ਪਲੱਸ 4 ਡਿਵਾਈਡ 2 ਇੱਕ ਇਹ ਵਾਲੇ ਕੁਐਸਚਨ ਥੋੜੀ ਹਰ ਵਾਰੀ ਦੇਖੋਗੇ ਤੁਸੀਂ ਤਾਂ ਥੋੜਾ ਜਿਆਦਾ ਐਗਜ਼ਾਮੀਨਰ ਕੁਝ ਚੇਂਜ ਕਰਨਾ ਚਾਹੇਗਾ ਅਗਰ ਮੈਂ ਆਲ ਓਵਰ ਕਮਾ ਨਾ ਹਾਂ ਮੈਂ ਉਹਨਾਂ ਗਲਤੀਆਂ ਨੂੰ ਪਰੇ ਰੱਖਦਾ ਤਾਂ ਐਗਜ਼ਾਮੀਨਰ ਨੇ ਇਸ ਵਾਰੀ ਇਹ ਕੋਸ਼ਿਸ਼ ਕੀਤੀ ਮੈਂ ਇੱਕ ਆਲ ਓਵਰ ਕਨਕਲੂਜਨ ਕੱਢ ਸਕਦਾ ਕਿ ਨੰਬਰ ਆਫ ਸਟੂਡੈਂਟਸ ਬਹੁਤ ਘੱਟ ਕਲੀਅਰ ਕਰਨ ਜੋ 2013 ਵਿੱਚ ਹੋਇਆ ਕਰਦਾ ਸੀਗਾ ਜੋ 2016 ਵਿੱਚ ਹੋਇਆ ਕਰਦਾ ਸੀ ਉਹੀ ਕੋਸ਼ਿਸ਼ ਐ ਸਵਰਸੀ ਇਹਨਾਂ ਦੀ ਬਾਕੀ ਗਾਇਸ ਕੁਝ ਛੋਟੇ ਮੁੱਦੇ ਨਾ ਉਠਾ ਪਾਇਆ ਹੋਵਾਂ ਤਾਂ ਇਸ ਲਈ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਸੀਂ ਆਪਣਾ ਐਕਸਪੀਰੀਅੰਸ ਨੀਚੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ ਭਾਈ ਇੱਥੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਉਸ ਲਈ ਮਾਫੀ ਹੈ ਜੀ ਬਟ ਜਿਹੜੀਆਂ ਗੱਲਾਂ ਸੱਚੀਆਂ ਸੱਚੀਆਂ ਹੈ ਖਰੀਆਂ ਖਰੀਆਂ ਹੈ ਉਹਨਾਂ ਨੂੰ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਨੂੰ ਹਲਕੇ ਵਿੱਚ ਨਾ ਲਿਓ ਆਪਣਾ ਐਕਸਪੀਰੀਅੰਸ niche ਸ਼ੇਅਰ ਕਰਕੇ ਜਾਈਓ ਕਿਉਂਕਿ ਉਹ ਇਹ ਵੀ ਵੀਡੀਓ ਪਤਾ ਨਹੀਂ ਤੁਸੀਂ ਕਿੱਥੋਂ ਤੱਕ ਪਹੁੰਚਾਦ ਹੋਗੇ ਤੁਹਾਡੀ ਸਪੋਰਟ ਦੀ ਲੋੜ ਹੈ ਤੁਹਾਡੇ ਕੈਨਤੀ ਬਣਾਈ ਜਾ ਰਹੀ ਹੈ ਉਹਨੇ ਤੁਹਾਡੇ ਤੇ ਹੀ ਡਿਪੈਂਡ ਕਰਦਾ ਹੈ ਤੁਸੀਂ ਕਿੱਥੇ ਵੇਚਦੇ ਹੋ ਅੱਗੇ ਦੇ ਜੋ ਵੀ ਅਪਡੇਟ ਹੋਣਗੀਆਂ ਗਾਇਸ ਉਹ ਮੈਂ ਸਾਰੀਆਂ ਆਪਣੇ ਫ੍ਰੀ WhatsApp ਗਰੁੱਪਸ ਵਿੱਚ ਬਨ ਸ਼ੇਅਰ ਕਰਵਾਉਂਗਾ ਸਾਰੀਆਂ ਦੀ ਸਾਰੀਆਂ ਇਹਦੇ ਲਈ ਕਰਨਾ ਕੀ ਹੈ ਆਪਣਾ ਨਾਮ ਪੇਪਰ ਜਿਸ ਦੇ ਲਈ ਤਿਆਰੀ ਕਰ ਰਹੇ ਹੋ ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ ਮੇਲ ਹੋ ਜਾਂ ਫੀਮੇਲ ਹੋ ਸਾਰੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ WhatsApp ਕਰਨੀ ਹੈ ਐਂਡ ਮੈਂ ਰਿਕੁਐਸਟ ਕਰੂੰਗਾ ਚਾਹੇ ਉਹ ਦੇਖੋ 50 50 ਸਟੂਡੈਂਟ ਦਾ ਵੀ ਕਿਉਂ ਨਾ ਟਾਈਮ ਖਰਾਬ ਹੋ ਜਾਵੇ ਐਸਐਸਟੀ ਦਾ ਤਾਂ ਕਨਫਰਮਡ ਹੀ ਹੈ ਜੀ ਮੈਂ ਤੁਹਾਨੂੰ ਇਹ ਨਹੀਂ ਗੱਲ ਕਹਤੀ ਤੁਹਾਨੂੰ ਟਾਈਮ ਦੀ ਕੰਪਨਸੇਸ਼ਨ ਨਹੀਂ ਮਿਲ ਸਕਦੀ ਬਟ ਇਹਨੂੰ ਤੁਸੀਂ ਇਨ ਪੋਜ਼ਿਟਿਵ ਲੈ ਸਕਦੇ ਹੋ ਗਾਈਜ਼ ਇਹਨੂੰ ਤੁਸੀਂ ਸਕਾਰਾਤਮਕ ਰੂਪ ਵਿੱਚ ਲੈ ਸਕਦੇ ਹੋ ਕਿ ਅੱਗੇ ਦੇ ਲਈ ਹੁਣ ਜਿਹੜੇ ਤੁਹਾਡੇ ਫਲੋਜ਼ ਰਹੀ ਜਿਹੜੀ ਤੁਹਾਡੀਆਂ ਖਾਮੀਆਂ ਰਹੀਆਂ ਇਹਨੂੰ ਤੁਸੀਂ ਅੱਗੇ ਪੋਜ਼ਿਟਿਵਿਟੀ ਦੇ ਤੌਰ ਤੇ ਦੇਖੋ ਗਾਇਜ਼ 네ਗੇਟਿਵਿਟੀ ਕਨਾਲਨੀ ਛੱਡੋ ਪ੍ਰੈਪਰੇਸ਼ਨ ਕਰੋ ਅਕੈਡਮੀ ਨੇ ਤਾਂ ਇਸ ਅਕੈਡਮੀ ਨੇ ਤਾਂ ਪਹਿਲਾਂ ਵੀ ਸੱਚ ਦੇ ਖੁਲਾਸੇ ਕਰ ਦਿੱਤੇ ਉੱਪਰ ਪਿਆ ਸਾਰਾ ਰਿਕਾਰਡ ਆਈ ਬਟਨ ਤੇ ਸਾਰਾ ਰਿਕਾਰਡ ਰਖਵਾ ਦਿੱਤਾ ਹੈ ਚੈੱਕ ਕਰ ਲੈਣਾ ਜ਼ਰਾ ਐਂਡ ਜਿਹੜਾ 60% ਤੋਂ ਜ਼ਿਆਦਾ ਕੁਸ਼ਨ ਹਨ ਨਾ ਟਫ ਪੇਪਰ ਜਿੰਨੂੰ ਵੀ ਤੁਸੀਂ ਕਹਿੰਦੇ ਹੋ ਨਾ ਉਹਦੇ ਵਿੱਚੋਂ ਵੀ ਇਸ ਅਕੈਡਮੀ ਨੇ ਐਜ਼ ਇਟ ਇਜ਼ ਕੱਢ ਕੇ ਦਿੱਤੇ ਤੇ ਇਨਡਾਇਰੈਕਟਲੀ ਦੀ ਤਾਂ ਕੋਈ ਹੱਦ ਹੀ ਨਹੀਂ ਹੈ ਜ अगर इनडायरेक्टली भी मैं नाल निकाल के थ्वाडेली बैठ जावा तो 80% क्वेश्चन तो assi कह सकदे हो विचो आई है बट ओनु मैं क्यों दिखावा थ्वाडे एना दी पीडीएफ समोर assi प्रॉपर शेयर किते बाकी गाइस YouTube ਤੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਤੋਂ ਕਰ ਲੋ ਇਹ ਅਕੈਡਮੀ ਤੁਹਾਡੇ ਨਾਲ ਖੜੀ ਹੈ ਇਹ ਪਰਸਨ ਤੁਹਾਡੇ ਨਾਲ ਖੜਾ ਹੈ ਕਦੇ ਵੀ ਹੈਲਪ ਦੀ ਲੋੜ ਹੋਏਗੀ ਪਰਸਨ ਤੁਹਾਡੀ ਹੈਲਪ ਲਈ ਹੈ ਬਟ ਸੱਚੀਆਂ ਗੱਲਾਂ ਕਰੂੰਗਾ ਉਹ ਗੱਲਾਂ ਮੈਂ ਇੱਥੇ ਨਹੀਂ ਕਰ ਸਕਦਾ ਜੋ ਇੱਕ ਮੈਂ ਕਹਿ ਸਕਦਾ ਕਿ ਸਟੂਡੈਂਟ ਦੀ ਖੁਦ ਦੀ ਮਿਸਟੇਕ ਹੋਏਗੀ ਉਹ ਗੱਲ ਦੇ ਲਈ ਤੁਸੀਂ ਮੈਨੂੰ ਜਰੂਰ ਤੋਂ ਕੰਟੈਕਟ ਕਰ ਸਕਦੇ ਹੋ ਜਿੱਥੇ ਜਿਹੜਾ ਹੈਗਾ ਹਾਂ ਤੁਹਾਡੀ ਪਰਸਨਲ ਪ੍ਰੋਬਲਮ ਹੈ ਕਦੇ ਗਾਈਡੈਂਸ ਚਾਹੀਦੀ ਹੈ ਕਦੇ ਪਿੱਛੇ ਨਹੀਂ ਆ ਟੰਗੇ ਅਸੀਂ ਅਕੈਡਮੀ ਤੁਹਾਡੇ ਲਈ ਖੜੀ ਹੈ ਵੀਡੀਓ ਲੰਬੀ ਬਣੀ ਉਸ ਤੇ ਲਈ ਮਾਫੀ ਤਾਂ ਚਾਹੂੰਗਾ ਥੋੜਾ ਜਿਹਾ ਬਟ ਹਰ ਇੱਕ ਚੀਜ਼ ਨੂੰ ਡਿਸਕਸ ਕਰਨਾ ਜ਼ਰੂਰੀ ਸੀਗਾ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਟੈਲੀਗ੍ਰam ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਕਿ ਅਗਲੀਆਂ ਅਪਡੇਟ ਜੋ ਵੀ ਹੋਣਗੀਆਂ ਲਾਸਟ ਤੱਕ ਜਦੋਂ ਤੱਕ ਤੁਸੀਂ ਜੋਬ ਨਹੀਂ ਲੱਗ ਜਾਂਦੇ ਗਾਇਜ਼ ਅਸੀਂ ਤੁਹਾਡੇ ਨਾਲ ਹੈਗੇ ਹਾਂ ਘਬਰਾਣ ਦੀ ਕੋਈ ਲੋੜ ਨਹੀਂ ਹੈ ਕਦੇ ਵੀ ਕਿਸੇ ਤਰ੍ਹਾਂ ਦਾ ਜਿਹੜ ਹੈਲਪ ਦੀ ਲੋੜ ਹੈ ਤਾਂ ਨੰਬਰ ਤੁਹਾਡੇ ਸਾਹਮਣੇ ਹੈ ਚਲੋ ਗਾਇਸ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਫਿਰ ਤੋਂ ਅਗਰ ਕੁਝ ਖਾਸਾ ਬੋਲਿਆ ਗਿਆ ਹੋਵੇ ਤਾਂ ਉਸ ਤੇ ਲਈ ਮਾਫੀ ਤੇ ਬਾਕੀ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਾਓ ਕੋਸ਼ਿਸ਼ ਕਰੋ ਜੀ ਐਨ ਡੀ ਯੂ ਤੱਕ ਜਾਣੀ ਚਾਹੀਦੀ ਹੈ ਕੋਸ਼ਿਸ਼ ਕਰੋ ਸਿੱਖਿਆ ਮੰਤਰੀ ਤੱਕ ਪਹੁੰਚਣੀ ਚਾਹੀਦੀ ਹੈ ਕੋਸ਼ਿਸ਼ ਕਰੋ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਹੀ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਹੋ ਸਕਦਾ ਹੈ ਆਦਰਵਾਇਜ਼ ਨਾ ਸੋਚਿਓ ਕੋਸ਼ਿਸ਼ ਕਰਿਓ ਕਿ ਇਹ ਵੀਡੀਓ ਮੀਡੀਆ ਤੱਕ ਪਹੁੰਚਣੀ ਚਾਹੀਦੀ ਹੈ ਕੋਸ਼ਿਸ਼ ਕਰਿਓ ਇਹ ਉੱਪਰ ਵਾਲੇ ਰੈਂਕ ਤੱਕ ਜਾਣੀ ਚਾਹੀਦੀ ਹੈ ਤਾਂ ਹੀ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਹੋਏਗਾ ਕਿਉਂਕਿ ਹਰ ਇੱਕ ਗੱਲ ਮੈਂ ਖੋਲ ਕੰਦੇ ਵਿੱਚ ਕਰੀ ਹੈ ਹਰ ਇੱਕ ਗੱਲ ਤੋਂ ਪਹੁੰਚਾਓ ਅੱਗੇ ਦੀ ਕਿਸੇ ਵੀ ਹੈਲਪ ਲਈ ਕੰਟੈਕਟ ਤੁਸੀਂ ਕਰ ਸਕਦੇ ਹੋ ਇਸ ਵੀਡੀਓ ਦੇ نیچے ਦੱਸ ਦੇਣਾ ਕਿਸੇ ਹੋਰ ਤਰ੍ਹਾਂ ਦੀ ਹੈਲਪ ਦੀ ਲੋੜ ਹੋਵੇ ਕਿਉਂਕਿ ਕਾਮਨ ਇਸ਼ੂਸ ਦੇ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਹਰ ਇੱਕ ਚੀਜ਼ ਫੋਨ ਕਾਲ ਤੇ ਵੀ ਨਹੀਂ ਹੋ ਸਕਦੀ ਮਿਲਦੇ ਹਾਂ ਜੀ ਨੈਕਸਟ ਵਿੱਚ